ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਅਭਿਆਸ 3.2 ਸ਼ੁਰੂ ਕਰਨ ਤੋਂ ਪਹਿਲਾਂ ਬੇਟਾ ਇਹਦੇ ਕੁਝ ਇੱਕ ਜ਼ਰੂਰੀ ਪੁਆਇੰਟ ਹੈਗੇ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰਨੇ ਜ਼ਰੂਰੀ ਸਮਝਦਾ, ਤੁਸੀਂ ਧਿਆਨ ਦੇ ਨਾਲ ਦੇਖ ਲੈਣਾ। ਤਾਂ ਉਸ ਤੋਂ ਪਹਿਲਾਂ ਜਿਹੜੇ ਪੁਆਇੰਟ ਆ, ਕਹਿੰਦਾ ਅਭਾਜ ਅਤੇ ਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ। ਬੇਟਾ ਇਹ ਕਨਸੈਪਟ ਤੁਹਾਨੂੰ ਕਿਹੜਾ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਕਹਿੰਦਾ ਗੁਣ ਖੰਡਾਂ ਦੀ ਗਿਣਤੀ ਦੇ ਆਧਾਰ 'ਤੇ ਅਸੀਂ ਦੱਸ ਸਕਦੇ ਹਾਂ ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਭਾਜ ਹੈ ਅਤੇ ਕਿਹੜੀ ਅਭਾਜ ਹੈ। ਪਹਿਲੀ 10 ਸੰਖਿਆਵਾਂ ਦੇ ਗੁਣ ਖੰਡ ਹੇਠ ਲਿਖੇ ਅਨੁਸਾਰ ਹਨ। ਤਾਂ ਬੇਟਾ ਇੱਕ ਦੇ ਗੁਣ ਖੰਡ, ਇੱਕ ਸਿਰਫ ਇੱਕ ਨਾਲ ਹੀ ਗੁਣਾ ਹੁੰਦਾ ਹੈ ਨਾ, ਦੋਵੇਂ ਇੱਕ ਹੀ ਦਾ ਮਤਲਬ ਇੱਕ ਹੀ ਗੁਣ ਖੰਡ ਹੋ ਗਿਆ। 2 ਦੇ ਗੁਣ ਖੰਡ ਹੁੰਦੇ 1 ਅਤੇ 2, 2 1 'ਤੇ ਵੀ ਵੰਡੀ ਜਾਂਦੀ ਹੈ, 2 'ਤੇ ਵੀ ਪੂਰੀ ਪੂਰੀ ਵੰਡੀ ਜਾਂਦੀ ਹੈ। 3 ਦੇ ਗੁਣ ਖੰਡ ਵੀ ਹੁੰਦੇ ਆ 1 ਅਤੇ 3, ਕਿਉਂਕਿ ਇਹ 1 × 3, 3 1 'ਤੇ ਵੀ ਪੂਰਾ ਪੂਰਾ ਵੰਡਿਆ ਜਾਂਦਾ, 3 'ਤੇ ਵੀ ਹੋਰ ਕਿਸੇ ਵੀ ਪਹਾੜੇ 'ਤੇ ਵੰਡਿਆ ਨਹੀਂ ਜਾਂਦਾ, ਇਸ ਕਰਕੇ ਇਹਦੇ ਗੁਣ ਖੰਡ 1 ਅਤੇ 3 ਹੋ ਗਏ। 4 ਦੇ ਗੁਣ ਖੰਡ ਹੁੰਦੇ ਆ 1, 4 1 'ਤੇ ਵੀ ਵੰਡਿਆ ਜਾਂਦਾ, 2 × 4 ਹੁੰਦੇ 2 'ਤੇ ਵੀ ਵੰਡਿਆ ਜਾਂਦਾ, 4 'ਤੇ ਵੀ ਵੰਡਿਆ ਜਾਂਦਾ। ਇਸੇ ਤਰ੍ਹਾਂ ਬੇਟਾ 5 ਦੇ ਗੁਣ ਖੰਡ ਹੁੰਦੇ ਆ 1 ਅਤੇ 5, 5 1 'ਤੇ ਵੀ ਵੰਡਿਆ ਜਾਂਦਾ, 6 'ਤੇ ਵੀ ਵੰਡਿਆ ਜਾਂਦਾ ਆ। ਠੀਕ ਹੈ ਬੇਟਾ, ਸਿਮੀਲਰਲੀ ਅੱਗੇ ਇਹਨੇ ਦਿੱਤੇ ਹੋਏ ਆ 6 ਦੇ ਗੁਣ ਖੰਡ। ਬੇਟਾ 6 ਆ ਜਿਹੜਾ ਬੇਟਾ 1 'ਤੇ ਵੀ ਵੰਡਿਆ ਜਾਂਦਾ, ਠੀਕ ਹੈ, ਫਿਰ 2 'ਤੇ ਵੀ ਵੰਡਿਆ ਜਾਂਦਾ, 2 × 3 = 6 ਹੁੰਦੇ, 3 'ਤੇ ਵੀ ਵੰਡਿਆ ਜਾਂਦਾ, 3 × 6 ਹੁੰਦੇ ਅਤੇ 6 'ਤੇ ਤਾਂ ਵੰਡਿਆ ਹੀ ਜਾਂਦਾ ਆ। ਠੀਕ ਹੈ, ਫਿਰ ਬੇਟਾ ਇਹ 7 ਦੇ ਗੁਣ ਖੰਡ ਦਿੰਦਾ ਪਿਆ, 7 1 'ਤੇ ਵੀ ਵੰਡਿਆ ਜਾਂਦਾ ਅਤੇ 7 'ਤੇ ਵੀ ਵੰਡਿਆ ਜਾਂਦਾ, ਇਦੂ ਬਾਅਦ ਹੋਰ ਕਿਸੇ ਪਹਾੜੇ 'ਤੇ ਨਹੀਂ ਵੰਡਿਆ ਜਾਂਦਾ। 8 ਦੇ ਗੁਣ ਖੰਡ 8 1 'ਤੇ ਵੀ ਵੰਡਿਆ ਜਾਂਦਾ, 2 'ਤੇ ਵੀ ਵੰਡਿਆ ਜਾਂਦਾ, 4 'ਤੇ ਵੀ ਵੰਡਿਆ ਜਾਂਦਾ, 8 'ਤੇ ਵੀ ਵੰਡਿਆ ਜਾਂਦਾ ਅਤੇ ਹੋਰ ਕਿਸੇ ਪਹਾੜੇ 'ਤੇ ਨਹੀਂ ਜਾਂਦਾ। ਠੀਕ ਹੈ, 8 ਦੇ ਗੁਣ ਖੰਡ ਹੋ ਗਏ। 9 ਦੇ ਗੁਣ ਖੰਡ 9 1 'ਤੇ ਵੀ ਵੰਡਿਆ ਜਾਂਦਾ, 3 'ਤੇ ਵੀ ਵੰਡਿਆ ਜਾਂਦਾ, 9 'ਤੇ ਵੀ ਵੰਡਿਆ ਜਾਂਦਾ। ਠੀਕ ਹੈ, 10 ਦੇ ਗੁਣ ਖੰਡ 10 1 'ਤੇ ਵੀ ਵੰਡਿਆ ਜਾਂਦਾ, 2 'ਤੇ ਵੀ ਵੰਡਿਆ ਜਾਂਦਾ, 5 'ਤੇ ਵੀ, 10 'ਤੇ ਵੀ ਵੰਡਿਆ ਜਾਂਦਾ। ਹੁਣ ਬੇਟਾ ਇਹਦੇ ਵਿੱਚੋਂ ਆਪਾਂ ਜਿਸਤ ਅਤੇ ਭਾਜ ਸੰਖਿਆਵਾਂ ਕਿਵੇਂ ਲੱਭਾਂਗੇ। ਜਿਹੜੀ ਸੰਖਿਆ ਦੇ ਬੇਟਾ ਸਿਰਫ 2 ਗੁਣ ਖੰਡ ਹੈਗੇ ਆ, ਜਿਵੇਂ ਆ 1 ਅਤੇ 7, ਸਿਰਫ 2 ਹੀ ਗੁਣ ਖੰਡ ਆ, ਠੀਕ ਹੈ, ਇਹ ਅਭਾਜ ਸੰਖਿਆ ਆ। ਠੀਕ ਹੈ, ਬਾਕੀ ਇਹਨਾਂ ਦੇ ਵਾਧਾ ਇਹ ਭਾਜ ਸੰਖਿਆਵਾਂ ਆ, 6, 8, 9, 10 ਸਾਰੀਆਂ ਭਾਜ ਸੰਖਿਆਵਾਂ, ਇਹਦੇ 2 ਤੋਂ ਵੱਧ ਗੁਣ ਖੰਡ ਹੈਗੇ ਆ। ਠੀਕ ਹੈ ਬੇਟਾ, ਇਸੇ ਤਰ੍ਹਾਂ ਹੀ ਜਿਹੜਾ ਆਪਾਂ ਪਹਿਲਾਂ ਕੀਤਾ ਸੀਗਾ ਉਹ ਵੀ ਧਿਆਨ ਦੇ ਨਾਲ ਦੇਖ ਲਓ। ਤਾਂ 1 ਆ ਜਿਹੜਾ ਬੇਟਾ 1 ਦੇ 2 ਗੁਣ ਖੰਡ ਤਾਂ ਹੈ ਹੀ ਨਹੀਂ, ਇਸ ਕਰਕੇ 1 ਸੰਖਿਆ ਜਿਹੜੀ ਨਾ ਭਾਜ ਆ ਅਤੇ ਨਾ ਹੀ ਅਭਾਜ ਆ। ਠੀਕ ਹੈ, ਇਹ ਵੱਖਰੀ ਆ ਸੰਖਿਆ, ਇਹਦੇ ਇਹ ਨਾ ਭਾਜ ਸੰਖਿਆ ਹੀ ਲਵਾਂਗੇ ਨਾ ਅਭਾਜ, ਕਿਉਂਕਿ ਇਹਦੇ 2 ਗੁਣ ਖੰਡ ਨਹੀਂ ਬਣਦੇ ਪਏ, 2 ਦੇ ਗੁਣ ਖੰਡ 2 ਬਣਦੇ ਆ, ਇਹ ਵੀ ਅਭਾਜ ਸੰਖਿਆ ਆ। ਠੀਕ ਹੈ, ਕਿਉਂਕਿ 3 ਦੇ ਗੁਣ ਖੰਡ ਵੀ 2 ਬਣਦੇ ਪਏ, ਇਹ ਵੀ ਅਭਾਜ ਸੰਖਿਆ ਆ, ਅਤੇ ਆਹ ਭਾਜ ਸੰਖਿਆ ਇਹਦੇ 3 ਬਣਦੇ ਪਏ। 5 ਦੇ ਗੁਣ ਖੰਡ 2 ਬਣਦੇ ਪਏ, ਇਹ ਵੀ ਅਭਾਜ ਸੰਖਿਆ ਆ। ਹੁਣ ਬੇਟਾ ਤੁਸੀਂ ਚੇਤੇ ਰੱਖਣਾ ਆ ਵੀ ਜਿਹੜੀਆਂ ਸੰਖਿਆਵਾਂ ਦੇ ਗੁਣ ਖੰਡ 2 ਹੀ ਬਣਦੇ ਆ ਅਤੇ ਉਹ ਅਭਾਜ ਸੰਖਿਆਵਾਂ ਹੁੰਦੀਆਂ, ਜਿਹਦੇ ਗੁਣ ਖੰਡ 2 ਤੋਂ ਵੱਧ ਬਣਦੇ ਆ ਉਹ ਭਾਜ ਸੰਖਿਆਵਾਂ ਹੁੰਦੀਆਂ ਆ। ਠੀਕ ਹੈ, ਤਾਂ 1 ਦਾ 1 ਹੀ ਗੁਣ ਖੰਡ ਬਣਦਾ, ਇਸ ਕਰਕੇ 1 ਨਾ ਤਾਂ ਭਾਜ ਸੰਖਿਆ ਨਾ ਹੀ ਅਭਾਜ ਸੰਖਿਆ ਆ। ਤਾਂ ਬੇਟਾ ਹੁਣ ਫਿਰ ਇਹਦਾ ਮੇਨ ਇੰਪੋਰਟੈਂਟ ਪੁਆਇੰਟ ਵੀ ਇੱਥੇ ਦਿੱਤਾ ਹੋਇਆ, ਕਹਿੰਦਾ ਹੁਣ ਸਵਾਲ ਇਹ ਉੱਠਦਾ ਹੈ ਕਿ ਸੰਖਿਆ 1 ਕੀ ਹੈ, ਭਾਜ ਜਾਂ ਅਭਾਜ, ਕਿਉਂਕਿ ਸੰਖਿਆ 1 ਦਾ ਸਿਰਫ 1 ਹੀ ਗੁਣ ਖੰਡ ਹੈ, ਇਸ ਲਈ ਇਹ ਨਾ ਤਾਂ ਭਾਜ ਹੈ ਅਤੇ ਨਾ ਹੀ ਅਭਾਜ ਸੰਖਿਆ। ਠੀਕ ਹੈ ਬੇਟਾ, ਹੁਣ ਆਪਾਂ ਅਗਲਾ ਇਹਦਾ ਇੰਪੋਰਟੈਂਟ ਪੁਆਇੰਟ ਹੈ,
ਜਿਹੜਾ ਉਹ ਕਰਦੇ ਆ। ਕਹਿੰਦਾ ਯਾਦ ਰੱਖੋ ਸੰਖਿਆ ਇੱਕ ਨਾ ਤਾਂ ਭਾਜ ਹੈ ਨਾ ਹੀ ਅਭਾਜ ਹੈਗੀ ਹੈ, ਠੀਕ ਹੈ। ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ, ਸਿਰਫ ਦੋ ਹੀ ਅਜਿਹੀ ਜਿਸਤ ਸੰਖਿਆ ਹੈ ਜੋ ਅਭਾਜ ਹੈ। ਦੋ ਸੰਖਿਆ ਇਹੋ ਜਿਹੀ ਹੈ ਬੇਟਾ, ਨਾਲੇ ਜਿਸਤ ਵੀ ਹੈ ਅਤੇ ਨਾਲੇ ਅਭਾਜ ਵੀ ਹੈਗੀ ਹੈ, ਠੀਕ ਹੈ। ਅੱਗੇ ਕਹਿੰਦਾ ਪਿਆ ਸਭ ਤੋਂ ਛੋਟੀ ਅਭਾਜ ਸੰਖਿਆ ਦੋ ਹੈ, ਠੀਕ ਹੈ। ਸਭ ਤੋਂ ਛੋਟੀ ਅਭਾਜ ਸੰਖਿਆ, ਜੀਰੋ ਨੂੰ ਨਹੀਂ ਲੈਣਾ ਬੇਟਾ, ਜੀਰੋ ਤਾਂ ਨਾ ਭਾਜ ਨਾ ਨਾ ਭਾਜ ਸੰਖਿਆ ਨਾ ਅਭਾਜ ਸੰਖਿਆ ਦੇ ਵਿੱਚ ਆਉਂਦੀ ਹੈ। ਤਾਂ ਸਭ ਤੋਂ ਛੋਟੀ ਭਾਜ ਸੰਖਿਆ ਦੋ ਆ, ਸਭ ਤੋਂ ਛੋਟੀ ਭਾਜ ਸੰਖਿਆ ਚਾਰ ਆ, ਜਿਹੜੀ ਇੱਕ ਅਤੇ ਆਪਣੇ ਆਪ ਤੋਂ ਇਲਾਵਾ ਵੀ ਕਿਸੇ ਪਹਾੜੇ 'ਤੇ ਵੰਡੀ ਜਾਂਦੀ ਹੈ, ਠੀਕ ਹੈ ਬੇਟਾ। ਤਾਂ ਇਹ ਸੀਗੇ ਬੇਟਾ ਇਹਦੇ ਮੇਨ ਮੇਨ ਪੁਆਇੰਟ, ਇਹ ਤੁਸੀਂ ਚੰਗੀ ਤਰ੍ਹਾਂ ਨਾਲ ਘੋਖ ਲੈਣੇ ਆ। ਅੱਗੇ ਵੀ ਆਪਾਂ ਹੋਰ ਮੇਨ ਪੁਆਇੰਟ ਕਰਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।